ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ। ਲੱਖਾਂ ਦੇ ਤਦਾਰ 'ਚ ਰੋਜ਼ ਹੀ ਹਰ ਸੰਗਤਾਂ ਜਿਹੜੀਆਂ ਮੱਥਾ ਟੇਕਣ ਆਉਂਦੀਆਂ ਹਨ, ਉਹਨਾਂ ਦੀ ਰਿਹਾਇਸ਼ ਵਾਸਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਜਿਹੜੀਆਂ ਉਹ ਸਰਾਵਾਂ 'ਚ ਪ੍ਰਬੰਧ ਕੀਤੇ ਗਏ ਹਨ। ਸਾਰਾ ਗੱਡੀ ਸਰਾਂ ਜਿਹੜੀ ਔਨਲਾਈਨ ਕਮਰੇ ਉੱਤੇ ਬੁੱਕ ਹੁੰਦੇ ਹਨ, ਇਸ ਦੇ ਬਿਹਾਵ 'ਤੇ ਜਿਹੜੇ ਸਾਈਬਰ ਠੱਗ ਜਿਹੜੇ ਬੈਠੇ ਹਨ, ਉਹ ਸੰਗਤਾਂ ਨੂੰ ਗੁੰਮਰਾਹ ਕਰਕੇ ਫਰਜ਼ੀ ਉਹਨਾਂ ਨੇ ਆਪਣੀਆਂ ਵੈਬਸਾਈਟ ਬਣਾਈਆਂ, QR ਕੋਡ ਦਿੰਦੇ ਹਨ, ਪੈਸੇ ਪਵਾ ਲੈਂਦੇ ਹਨ, ਮੁੜ ਕੇ ਆਪਣਾ ਫੋਨ ਬੰਦ ਕਰ ਦਿੰਦੇ ਹਨ, ਅਤੇ ਸੰਗਤਾਂ ਜਿਹੜੀਆਂ ਮੁੜ ਕੇ ਸਾਡੇ ਕੋਲ ਕੰਪਲੇਂਟ ਕਰਦੇ ਹਨ। ਮੇਰੀ ਸੰਗਤਾਂ ਨੂੰ ਵੀ ਬੇਨਤੀ ਆ ਕਿ ਘੱਟੋ ਘੱਟ ਜਿਹੜੀਆਂ ਸਾਡੀਆਂ ਵੈਬਸਾਈਟ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਜਿਹੜੀਆਂ ਵੈਬਸਾਈਟ ਆ ਉਹਨਾਂ 'ਤੇ ਹੀ ਕਮਰਾ ਬੁੱਕ ਕੀਤਾ ਜਾਵੇ। ਸਾਡੇ ਕੋਲ ਜਿਹੜੀਆਂ ਕਮਰਾ ਬੁੱਕ ਕਰਨ 'ਤੇ ਬਕਾਇਦਾ ਉਹਨਾਂ ਨੂੰ ਰਿਸੀਪਟ ਵੀ ਮਿਲਦੀ ਆ, ਅਤੇ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਠੱਗੀ ਨਹੀਂ ਹੁੰਦੀ। ਇਹੋ ਜਿਹੇ ਠੱਗਾਂ ਤੋਂ ਸੰਗਤਾਂ ਨੂੰ ਵੀ ਬਚਣਾ ਚਾਹੀਦਾ ਹੈ, ਅਤੇ ਸਾਨੂੰ ਆਪ ਵੀ ਸਾਰਿਆਂ ਨੂੰ ਅਵੇਅਰ ਹੋਣਾ ਚਾਹੀਦਾ। ਮੈਂ ਮੀਡੀਆ ਦੇ ਚੈਨਲ ਰਾਹੀਂ ਸੰਗਤਾਂ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਘੱਟੋ ਘੱਟ ਇਹੋ ਜਿਹੇ ਸਾਈਬਰ ਠੱਗਾਂ ਕੋਲ ਬਚੋ, ਜਿਹੜੇ ਵੱਖ ਵੱਖ ਤਰ੍ਹਾਂ ਸਾਡੀਆਂ ਸਰਾਵਾਂ ਦੀਆਂ ਫੋਟੋਆਂ ਲਾ ਕੇ ਸਾਡੇ ਜਿਹੜੇ ਉਹ ਸਰਾਵਾਂ ਦੇ ਕਮਰਿਆਂ ਦੇ ਜਾਣ ਕੇ ਗਲਤ ਫਰਜ਼ੀ ਅਕਾਊਂਟ ਬਣਾ ਕੇ ਜਿਹੜੇ ਉਹ ਪੈਸੇ ਪਾ ਰਹੇ ਉਹਨਾਂ ਨੂੰ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਅੱਜ ਅਸੀਂ ਕੰਪਲੇਂਟ ਕੀਤੀ ਆ, ਉੱਥੇ ਇਹਨਾਂ ਨੇ ਪੂਰਾ ਸਾਨੂੰ ਵਿਸ਼ਵਾਸ ਦਿਆ ਕਿ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸਾਡੇ ਕੋਲ ਤਕਰੀਬਨ 10 ਕੁ ਕੰਪਲੇਂਟ ਆ ਚੁੱਕੀਆਂ ਹਨ। ਇੱਕ ਦੀ ਤਾਂ ਵਿਚਾਰੇ ਦੀ ਇੰਨੀ ਹੋ ਚੁੱਕੀ ਆ ਕਿ ਉਹਨੇ QR ਕੋਡ ਦਿੱਤਾ, ਪਹਿਲਾਂ ਉਹਨੇ 3100 ਰੁਪਇਆ ਪਵਾਇਆ, ਅਤੇ ਜਿਹੜੀ ਉਹਦੇ ਅਕਾਊਂਟ 'ਚ ਆਪਣੇ ਪਰਸਨਲ 40,000 ਰੁਪਇਆ ਸੀ, ਉਹ ਵੀ ਉਹਦਾ ਹੋ ਗਿਆ, ਨਿਕਲਿਆ ਗਿਆ। ਇਸ ਤੋਂ ਪਹਿਲਾਂ ਵੀ ਇੱਕ ਠੱਗੀ ਦਾ ਆਇਆ ਸੀ ਸਾਡੇ ਸਾਹਮਣੇ, ਉਹ ਬੰਦਾ ਤਾਂ ਟਰੇਸ ਨਹੀਂ ਹੋਇਆ, ਪਰ ਘੱਟੋ ਘੱਟ ਉਹਦਾ ਅਕਾਊਂਟ ਜ਼ਰੂਰ ਬੰਦ ਹੋ ਗਿਆ। ਹੁਣ ਵੀ ਮੈਂ ਇਹਨਾਂ ਨੂੰ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਘੱਟੋ ਘੱਟ ਇਹ 'ਤੇ ਇਮੀਜੀਏਟਲੀ ਕਾਰਵਾਈ ਕੀਤੀ ਜਾਵੇ, ਤਾਂ ਜੋ ਹੁਣ ਲਗਾਤਾਰ ਛੁੱਟੀਆਂ ਵੀ ਚੱਲ ਰਹੀਆਂ, ਸੰਗਤਾਂ ਦਾ ਰਸ਼ ਵੀ ਵੱਧ ਰਿਹਾ, ਹਰ ਕਿਸੇ ਨੂੰ ਸੰਗਤ ਨੂੰ ਹੁੰਦੀ ਆ ਕਿ ਸਾਡਾ ਔਨਲਾਈਨ ਕਮਰਾ ਬੁੱਕ ਹੋ ਗਿਆ, ਪਰ ਜਿਹੜੇ ਇਹੋ ਜਿਹੇ ਸਾਈਬਰ ਠੱਗ ਆ ਜਦੋਂ ਉਹ ਆਪਣੇ ਪੈਸੇ ਪਵਾ ਲੈਂਦੇ ਨੇ, ਰਸੀਦ ਉਹਨਾਂ ਕੋਲ ਹੁੰਦੀ ਨਹੀਂ ਕੋਈ, ਉਹ ਸਾਡੇ ਕੋਲ ਆਣ ਕੇ ਸਾਰਾ ਗੱਡੀ ਕਹਿੰਦੇ ਸਾਡਾ ਔਨਲਾਈਨ ਕਮਰਾ ਬੁੱਕ ਆ, ਪਰ ਉਹ ਗੁੰਮਰਾਹ ਹੋ ਚੁੱਕੇ ਹੁੰਦੇ ਹਨ, ਉਹਨਾਂ ਨੂੰ ਕੋਈ ਕਮਰਾ ਨਹੀਂ ਇਸ ਤਰ੍ਹਾਂ ਮਿਲਦਾ। ਸ਼੍ਰੀ ਗੁਰਪ੍ਰੀਤ ਸਿੰਘ ਮੈਨੇਜਰ ਸਾਰਾ ਗੱਡੀ ਸਰਾਂ, ਉਹਨਾਂ ਨੇ ਕੰਪਲੇਂਟ ਦਿੱਤੀ ਹੈ ਕਿ ਯਾਤਰੀਆਂ ਨਾਲ ਠੱਗੀਆਂ ਠੋਰੀਆਂ ਹੋ ਰਹੀਆਂ, ਕਿਸੇ ਬੰਦੇ ਨੇ ਫੇਕ ਅਕਾਊਂਟ ਬਣਾਇਆ, ਫੇਕ QR ਕੋਡ ਬਣਾਇਆ ਔਨਲਾਈਨ, ਅਤੇ ਜਦੋਂ ਕੋਈ ਬੁੱਕ ਕਰਾਉਂਦੇ ਆ ਅਤੇ ਉਹ ਆਪਣੇ ਅਕਾਊਂਟ 'ਚ ਪੈਸੇ ਪਵਾ ਲੈਂਦਾ, ਅਤੇ ਗੁਰਪ੍ਰੀਤ ਸਿੰਘ ਜੀ ਨੇ ਕੰਪਲੇਂਟ ਦਿੱਤੀ ਹੈ, ਅਤੇ ਅਸੀਂ ਹੁਣ ਪੜਤਾਲ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਜੀ। ਅਸੀਂ ਪੂਰੇ ਪ੍ਰੀਕੋਸ਼ਨਸ ਵੀ ਲੈ ਰਹੇ ਹਾਂ, ਅਤੇ ਅਸੀਂ ਜਿਹੜੇ ਕਸਟਮਰਸ ਹੈਗੇ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਪੂਰੇ ਅਵੇਅਰ ਰਹਿਣ ਅਤੇ ਪੂਰੇ ਵੈਰੀਫਾਈ ਕਰਕੇ ਤਾਂ ਹੀ ਅਕਾਊਂਟ 'ਚ ਪੈਸੇ ਹਨ। ਇਕੱਲੇ ਸਾਰਾਗੜੀ ਸਰਾਂ ਦੇ ਨਹੀਂ, ਵੈਸੇ ਵੀ ਕੁਝ ਖਰੀਦੋ ਫਰੋਥ ਵੀ ਕਰਦੇ ਆ, ਕਿਤੇ ਬੁਕਿੰਗ ਹੋਟਲ ਵਗੈਰਾ ਦੀ ਬੁਕਿੰਗ ਵੀ ਕਰਾਉਂਦੇ ਆ, ਵੀ ਔਨਲਾਈਨ ਵੀ ਪਰਚੇਜ਼ ਕਰਦੇ ਆ, ਤਾਂ ਉਹਦਾ ਵੀ ਖਿਆਲ ਰੱਖਣ। ਦੇਖੋ, ਇਹ ਕਾਫੀ ਥਾਵਾਂ 'ਤੇ ਫਰੋਡ ਹੋ ਰਹੇ ਆ, ਕਾਫੀ ਤਰ੍ਹਾਂ ਦੇ ਵੀ ਫਰੋਡ ਹੋ ਰਹੇ ਆ, ਅਤੇ ਪੁਲਿਸ ਕਾਫੀ ਹੱਦ ਤੱਕ ਕਾਮਯਾਬ ਵੀ ਹੁੰਦੀ ਹੈ ਇਹਨਾਂ ਨੂੰ ਨੈਪ ਕਰਨ 'ਚ, ਅਤੇ ਅਸੀਂ ਕਰ ਵੀ ਰਹੇ ਹਾਂ, ਅਤੇ ਇਹਦੇ ਬਾਰੇ ਵੀ ਅਸੀਂ ਕਰਕੇ ਤੁਹਾਨੂੰ ਦੱਸਾਂਗੇ। ਸਾਡੀ PCR ਪਾਰਟੀਜ਼ ਅਤੇ ਪੈਟਰੋਲਿੰਗ ਅਤੇ ਥਾਣੇ ਦੀ ਗਸ਼ਤ ਸਾਡੀ ਉੱਥੇ ਮੌਜੂਦ ਹੁੰਦੀ ਹੈ, ਜੇ ਕੋਈ ਵੀ ਸਾਨੂੰ ਸ਼ੱਕੀ ਲੱਗਦਾ ਅਸੀਂ ਜ਼ਰੂਰ ਉਹਨੂੰ ਵੈਰੀਫਾਈ ਕਰਦੇ, ਜੇ ਕਿਸੇ ਦੇ ਨੋਟਿਸ 'ਚ ਕੁਛ ਆਏ ਤਾਂ ਕੰਟਰੋਲ ਰੂਮ ਦਾ